ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਤੁਹਾਡੇ ਆਪਣੇ ਖਿਦਮਤਗਾਰ ਪ੍ਰਦੀਪ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤੁਹਾਡਾ ਖਾਦਮ ਹਾਜ਼ਰ ਹੈ ਜੀ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਗੱਲ ਪੰਜਾਬ ਪੈਣੀਆਂ ਦੀ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਵਾਰ ਫਿਰ ਆਣ ਜੁੜੇ ਹਾਂ। ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਤੁਹਾਡੇ ਆਪਣੇ ਖਿਦਮਤਗਾਰ ਪ੍ਰਦੀਪ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤੁਹਾਡਾ ਖਾਦਮ ਹਾਜ਼ਰ ਹੈ ਜੀ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਗੱਲ ਪੰਜਾਬ ਪੈਣੀਆਂ ਦੀ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਵਾਰ ਫਿਰ ਆਣ ਜੁੜੇ ਹਾਂ। ਤੁਹਾਡੇ ਨਾਲ ਰੂਬਰੂ ਕਰਦੇ ਹਾਂ ਇੱਕ ਨਵਾਂ ਟੈਲੈਂਟ। ਬਿਲਕੁਲ, ਪਿਛਲੇ ਦਿਨੀ ਤੁਸੀਂ ਫੇਸਬੁੱਕ ਦੇ ਉੱਪਰ ਇੱਕ ਵੀਡੀਓ ਵਾਰੀ ਵਾਇਰਲ ਹੋਈ ਸੀ ਯਮਲਾ ਜੱਟ ਮੋਬਾਈਲ 'ਤੇ। ਸੋ ਪੰਜਾਬੀਆਂ ਨੇ ਬੜਾ ਉਸ ਵੀਡੀਓ ਨੂੰ ਪਿਆਰ ਦਿੱਤਾ ਸੀ ਅਤੇ ਉਸ ਵੀਡੀਓ ਦੇ ਜਿਹੜੇ ਗਾਇਕ ਕਾਸ਼ੀਨਾਥ, ਸੋ ਅੱਜ ਉਹ ਸਾਡੇ ਨਾਲ ਇਸ ਵਕਤ ਮੌਜੂਦ ਨੇ। ਕਾਸ਼ੀ ਜੀ, ਰੇਡੀਓ ਪੰਜਾਬ ਟੂਡੇ ਦੇ ਉੱਪਰ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਜਿੰਨੇ ਵੀ ਦਰਸ਼ਕ ਸਾਡੇ ਇਸ ਚੈਨਲ ਨਾਲ ਜੁੜੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਾਸ਼ੀ ਜੀ, ਆਪਾਂ ਗੱਲ ਜਿਹੜੀ ਯਮਲੇ ਜੱਟ ਦੇ ਮੋਬਾਈਲ ਤੋਂ ਗੱਲ ਸ਼ੁਰੂ ਕਰਦੇ ਹਾਂ ਕਿ ਬੜਾ ਤੁਸੀਂ ਜਿਹੜਾ ਉਸ ਵੀਡੀਓ ਨੂੰ, ਬੜੀ ਵਾਇਰਲ ਹੋਈ ਵੀਡੀਓ, ਲੋਕਾਂ ਨੇ ਬੜਾ ਪਿਆਰ ਦਿੱਤਾ, ਬੜੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਜਿਹੜਾ ਯਮਲਾ ਜੱਟ ਮੋਬਾਈਲ 'ਤੇ ਜਿਹੜਾ ਗਾਇਆ ਉਸ ਦੇ ਵਿੱਚ। ਸੋ ਆਪਾਂ ਚਾਹੁੰਦੇ ਹਾਂ ਕਿ ਪਹਿਲਾਂ ਆਪਾਂ ਸ਼ੁਰੂਆਤ ਹੀ ਇਸ ਤੋਂ ਕਰੀਏ ਕਿ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਉਸ ਗੀਤ ਦੀ ਜ਼ਰੂਰ ਜਿਹੜੀ ਸਾਂਝ ਜ਼ਰੂਰ ਪਾਓ। ਮੈਂ ਸਾਰੇ ਦਰਸ਼ਕਾਂ ਨਾਲ ਸਾਂਝ ਪਾਉਣਾ ਚਾਹਾਂਗਾ ਜੀ। ਔਰ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਦਾ ਬੜਾ ਧੰਨਵਾਦ ਕਰਦਾ, ਸ਼ੁਕਰ ਗੁਜ਼ਾਰ ਹਾਂ, ਕਿਉਂਕਿ ਜਿਹੜਾ ਕਿ ਯਮਲਾ ਜੱਟ ਮੋਬਾਈਲ ਤੇ ਗਾਣਾ, ਇਹ ਮੇਰਾ ਨੀ ਬਲਕਿ ਇਹ ਹੁਣ ਦਰਸ਼ਕਾਂ ਦਾ ਹੋ ਗਿਆ, ਇਹ ਤੁਹਾਡਾ ਹੋ ਗਿਆ, ਆਪਣਾ ਹੋ ਗਿਆ। ਇਸ ਗੀਤ ਨੂੰ ਬੜਾ ਪਿਆਰ ਦਿੱਤਾ ਹੈ ਮੈਨੂੰ। ਮੈਂ ਇਸ ਗੀਤ ਨੂੰ ਜਦੋਂ ਗਾਇਆ, ਮੈਨੂੰ ਨੀ ਸੀ ਪਤਾ ਕਿ ਇਹ ਗਾਣਾ ਇੰਨਾ ਵਾਇਰਲ ਹੋਊਗਾ, ਇੰਨਾ ਇਸ ਗੀਤ ਨੂੰ ਪਿਆਰ ਮਿਲਣਾ। ਅਚਾਨਕ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇਹ ਗੀਤ ਗਾ ਰਿਹਾ ਸੀ ਤੇ ਕਿਸੇ ਸਾਡੇ ਨਾਲ ਦੇ ਕਿਸੇ ਸਟੂਡੈਂਟ ਨੇ ਇਹਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਪਾ ਦਿੱਤੀ ਤੇ ਮੈਨੂੰ ਸਵੇਰੇ 6 ਵਜੇ ਕਾਲ ਅਮਰੀਕਾ ਤੋਂ ਆਈ ਕਿ ਭਾਜੀ ਤੁਸੀਂ ਕਾਸ਼ੀਨਾਥ ਹੀ ਬੋਲ ਰਹੇ ਹੋ। ਮੈਂ ਕਿਹਾ ਹਾਂਜੀ ਭਾਜੀ ਕਾਸ਼ੀਨਾਥ ਹੀ ਬੋਲ ਰਹੇ ਜੀ। ਤੇ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਭਾਜੀ ਸ਼ੁਕਰ ਹੈ ਜੀ ਸਾਡਾ ਇੱਕ ਹੱਜ ਕਬੂਲ ਹੋ ਗਿਆ ਕਿ ਤੁਸੀਂ ਕਾਲ ਲੈ ਲਈ ਪਹਿਲੇ। ਮੈਂ ਕਿਹਾ ਜੀ ਠੀਕ ਆ, ਉਹ ਤੇ ਗੱਲ ਵੱਖਰੀ ਹੈ, ਤੇ ਤੁਸੀਂ ਕਿਉਂ ਕਰ ਰਹੇ ਹੋ? ਕਹਿੰਦੇ ਜਨਾਬ ਤੁਸੀਂ ਮੈਂ ਵੀ ਪਿਛਲੇ ਦਿਨੀ, ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਦਿਨੀ ਅਸੀਂ ਯੂਨੀਵਰਸਿਟੀ ਗਏ ਸੀ ਇੱਕ ਸੌਂਗ ਦੀ ਰਿਲੀਜ਼ਿੰਗ ਨੂੰ ਦੇ ਸੰਬੰਧ ਦੇ ਵਿੱਚ। ਸੋ ਮੈਂ ਤੁਹਾਡਾ ਉੱਥੇ ਵੀ ਸੁਣਿਆ ਤੇ ਸਰੋਤਿਆਂ ਨੇ ਵੀ ਜ਼ਰੂਰ ਉਹ ਵੀਡੀਓ ਦੇਖੀ ਹੋਵੇਗੀ ਕਿਉਂਕਿ ਹਰ ਇੱਕ ਦੇ ਮੋਬਾਈਲ ਦੇ ਵਿੱਚ ਇਹ ਸੌਂਗ ਜ਼ਰੂਰ ਸੀਗਾ। ਸੋ ਆਪਾਂ ਜਿਹੜੀ ਸ਼ੁਰੂਆਤ ਕਰਦੇ ਹਾਂ ਅੱਜ ਯਮਲਾ ਜੱਟ ਦੇ ਮੋਬਾਈਲ ਦੇ, ਇੱਕ ਦੋ ਬੋਲ ਜਿਹੜੇ ਸਾਡੇ ਸਰੋਤਿਆਂ ਨਾਲ। ਜ਼ਰੂਰ ਮੈਂ ਬੋਲ ਸਾਂਝੇ ਕਰੂੰਗਾ ਇਹਦੇ। ਅੱਜ ਤੱਕ ਅਗਰ ਮੈਂ ਗਲਤ ਨਹੀਂ ਤੇ 44 ਲੱਖ ਨੂੰ ਮਤਲਬ ਪਾਰ ਕਰ ਚੁੱਕੇ ਆ ਤੁਹਾਡਾ ਪਿਆਰ, 44 ਲੱਖ ਤੋਂ ਪਲੱਸ ਵੀ ਇਹਦੇ ਤੇ, ਮੈਂ ਉਹਦੀ ਚੰਦ ਕਰਾਣਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੀ। ਐਸੇ ਦਿਨ ਦੁਨੀਆ ਤੇ ਹੋਣਗੇ ਨੀ ਕਿਸੇ ਨੇ ਗਊ ਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਵਧਾਉਣਗੇ ਨੀ ਮੇਰਾ ਟੋਮੀ ਤੇ ਮੇਰਾ ਸ਼ੋਮੀ, ਕਿਉਂਕਿ ਬਾਬਾ ਜੀ ਅੱਜ ਕੱਲ ਕੁੱਤਿਆਂ ਚ ਫਿਰਦੇ ਆ, ਸਭ ਦੇਖਦੇ ਆਪਾਂ ਜੀ ਜੀ, ਤੇ ਬੰਦੇ ਘੱਟ ਹੋ ਗਈ ਕੁੱਤਿਆਂ ਦੀ ਜ਼ਿਆਦਾ ਹੋ ਗਈ। ਐਸੇ ਦਿਨ ਆਉਣਗੇ ਨੀ ਕਿਸੇ ਨੇ ਗਊ ਦੀ ਰੱਖਿਆ ਨਹੀਂ ਕਰਨੀ ਤੇ ਪਿਆਰ ਕੁੱਤਿਆਂ ਨਾਲ ਵਧਾਉਣਗੇ ਨੀ, ਬੁਢਾਪੇ ਦੀ ਪੰਡ ਨੌਜਵਾਨਾਂ ਤੋਂ ਚੱਕੀ ਨੀ ਜਾਣੀ, ਕਿਉਂਕਿ ਪੈਸੇ ਦਾ ਮਾਣ ਵਿਖਾਉਣਗੇ ਨੀ, ਨੌ ਦੇ ਸਹੁਰੇ ਦਾ ਪਰਦਾ ਨੀ ਰਹਿਣਾ, ਕਿਉਂਕਿ ਨੌ ਦਾ ਪਿਆਰ ਸਹੁਰੇ ਆਪ ਨਿਭਾਉਣਗੇ ਨੀ, 12 ਸਾਲ ਦੀ ਕੁੜੀ ਬਣੂਗੀ ਨਾਨੀ, ਐਸੇ ਦਿਨ ਵੀ ਦੁਨੀਆਂ ਤੇ ਫਿਆਉਣਗੇ ਨੀ, ਉਹ ਬੁੱਢਾ ਮਰ ਗਿਆ ਤੇਲ ਦੀ ਲੁੱਪੀ ਨੂੰ ਤਰਸਦਾ ਤੇ ਇਹ ਨਾਲ ਸ਼ੈਂਪੂਆਂ ਦੇ ਨਹਾਉਣਗੇ ਨੀ, ਉਹ ਜਮਲਾ ਜੱਟ ਮੋਬਾਈਲ ਤੇ। ਆ ਬਾਜੀ ਸੁਪਨੇ ਦੀ ਗੱਲ ਹੋ ਰਹੀ, ਸੁਪਨੇ ਦੇ ਵਿੱਚ ਉਹ ਜਮਲਾ ਜੱਟ ਪਹਿਲ ਤੇ ਲੋਕਾਂ ਚ ਫਰਮਾਉਂਦਾ, ਉਹ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨੀ ਗਾਉਂਦਾ, ਜਮਲਾ ਜੱਟ ਮੋਬਾਈਲ ਤੇ ਮੈਂ ਤਾਂ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ, ਅੱਜ ਦਾ ਕਲਾਕਾਰਾਂ ਕੀਤੀ ਆ ਰਨ ਪਿਆਰੀ, ਸਤਿਗੁਰ ਨਾਨਕ ਤੇਰੀ ਲੀਲਾ ਲਿਆਰੀ ਹੈ, ਨੀ ਜਲਾ ਲਾ
ਵੇਂਦੀ ਦੁਨੀਆ ਸਾਰੀ, ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਨਿਆਰੀ, ਅੱਜ ਮੈਂ ਕਲਾਕਾਰਾ ਕੀਤੀ ਰੰਗ ਪਿਆਰੀ, ਹਾਏ ਕੱਦੂ ਦੇ ਤੂੰ ਮੈਨੂੰ, ਹਾਏ ਕੱਦੂ ਦੇ ਤੂੰ ਮੈਨੂੰ ਕੋਈ ਹੱਥ ਨੀ ਲਾਉਂਦਾ, ਉਹ ਗੰਦ ਪਿਆ ਪੁੱਤੋ ਮੇਰੇ ਉਹ ਮੈਂ ਹੁਣ ਨੀ ਗਾਉਂਦਾ, ਜਮਲਾ ਜੱਟ ਮੋਬਾਇਲ ਤੇ। ਥੈਂਕ ਯੂ। ਵਾਹ ਜੀ ਵਾਹ, ਕਿਆ ਬਾਤ ਹੈ। ਕਾਸ਼ੀ ਜੀ, ਤੁਹਾਡੇ ਕੁਛ ਸੌਂਗ ਵੀ ਜਿਹੜੇ ਪਹਿਲਾਂ ਰਿਕਾਰਡ ਹੋਏ ਹੈ, ਮਾਰਕੀਟ ਦੇ ਵਿੱਚ ਆਏ ਸੀ, ਸੋ ਉਹਨਾਂ ਬਾਰੇ ਵੀ ਜ਼ਰੂਰ ਸੋਚਦੇ ਨੂੰ ਦੱਸੋ। ਮੈਂ ਉਹਨਾਂ ਬਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਕਈ ਵਾਰੀ ਅਸੀਂ ਸਾਨੂੰ ਖੁਦ ਨੂੰ ਪਤਾ ਨੀ ਲੱਗਦਾ ਕਿ ਇਸ ਪਰਮਾਤਮਾ ਨੇ, ਇਸ ਨਿਰੰਕਾਰ ਨੇ ਸਾਨੂੰ ਭੇਜਿਆ ਕਿਸ ਵਾਸਤੇ। ਤੇ ਮੈਨੂੰ ਵੀ, ਮੈਂ ਵੀ ਆਪਣੇ ਰਸਤੇ ਤੋਂ ਕੁਛ ਭਟਕਿਆ ਹੋਇਆ ਸੀ। ਅੱਜ ਹੁਣ ਮੈਨੂੰ ਜਦੋਂ ਦਰਸ਼ਕਾਂ ਦਾ ਪਿਆਰ ਮਿਲਦਾ, ਲੋਕਾਂ ਦੇ ਜਦੋਂ ਰੱਬ ਵਰਗੇ ਸਰੋਤਿਆਂ ਦੇ ਕਮੈਂਟ ਆਉਂਦੇ ਆ, ਫਿਰ ਪਤਾ ਲੱਗਦਾ ਵੀ ਇਹ ਲਾਈਨ ਕਾਸ਼ੀ ਜੀ ਤੁਹਾਡੀ ਇੱਧਰ ਨਹੀਂ ਇੱਧਰ ਹੈ। ਤੇ ਮੇਰਾ ਇੱਕ ਸੌਂਗ ਆਇਆ ਪ੍ਰੇਮਜੋਤ ਮਾਲਵਾ ਰੈਕਡ ਵੱਲੋਂ ਆਇਆ ਸੀਗਾ ਜੀ। ਉਹ ਗੀਤ ਤੇ ਮੈਂ ਜਿੰਨਾ ਕੁ ਖਰਚ ਕੀਤਾ, 5-6 lakh ਦੇ ਕਰੀਬ ਰੁਪਇਆ ਲਾਇਆ। ਔਰ ਉਹ ਗੀਤ ਸੁਣਨ ਤੋਂ ਬਾਅਦ ਜਦੋਂ ਪ੍ਰੋਪਰ ਤਿਆਰ ਹੋ ਗਿਆ, ਮੈਨੂੰ ਇੰਜ ਲੱਗਾ ਕਿ ਇਹ ਗੀਤ ਮੇਰੇ ਲੈਵਲ ਦਾ ਨਹੀਂ, ਇਹ ਮੇਰੇ ਲਈ ਨੀ ਬਣਿਆ, ਨਾਮ ਦੇ ਲਈ ਬਣਿਆ ਜੀ। ਔਰ ਪਹਿਲੇ ਮੈਂ 2 ਗੀਤ ਰਿਕਾਰਡ ਕਰਾਏ ਸੀ, ਇੱਕ ਸੌਂਗ ਆਇਆ ਸੀ ਪਾਕਿਸਤਾਨ ਦੀ ਝੰਡਾ, ਉਹ ਮੇਰੇ ਦੋਸਤਾਂ ਨੇ ਪ੍ਰਭ ਕੁਮਾਰ ਜੀ ਜਿਨ੍ਹਾਂ ਦਾ ਲਿਖਿਆ ਸੀ, ਉਹਨਾਂ ਨੇ ਰਿਲੀਜ਼ ਕਰਵਾਇਆ ਸੀ ਉਹ ਗੀਤ ਜੀ। ਔਰ ਮੈਂ ਬਾਅਦ ਚ ਪਤਾ ਲੱਗਾ ਕਿ ਉਹ ਗੀਤ ਮੇਰੇ ਲੈਵਲ ਦੇ ਨਹੀਂ ਹੈਗੇ, ਔਰ ਬਹੁਤ ਜਲਦੀ ਇੱਕ ਮੈਂ ਨਵਾਂ ਗੀਤ ਲੈ ਕੇ ਆ ਰਿਹਾ ਜੀ। ਔਰ ਮੈਨੂੰ ਲੱਗਦਾ ਪੂਰੇ ਪੰਜਾਬ ਚ ਨਹੀਂ ਬਲਕਿ ਜਿੱਥੇ ਵੀ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਸਾਡੇ ਪੰਜਾਬੀ ਵੱਸਦੇ ਨੇ, ਉਸ ਗੀਤ ਨੂੰ ਇੰਨਾ ਭਰਮਾ ਹੁੰਗਾਰਾ ਮਿਲੂਗਾ ਕਿ ਮੈਨੂੰ ਖੁਦ ਨੂੰ ਨੀ, ਮੈਂ ਜੱਜ ਕਰ ਸਕਦਾ ਇਸ ਚੀਜ਼ ਨੂੰ। ਮੈਂ ਉਹਦੀ ਚੰਦ ਕੇ ਲੈਣਾ ਤੁਹਾਡੇ ਨਾਲ, ਦਰਸ਼ਕਾਂ ਨਾਲ ਸਾਂਝੀ। ਜ਼ਰੂਰ ਜੀ। ਮੈਂ ਇੱਕ ਮੇਰੀ ਫਿਲਮ ਆ ਰਹੀ ਹੈ ਜੀ ਛੱਲਾ, ਤੇ ਉਹਦੇ ਸ਼ੂਟ ਵਾਸਤੇ ਗਿਆ ਹੋਇਆ ਸੀ ਸੁਲਤਾਨਪੁਰ ਲੋਧੀ ਜੀ। ਉਸ ਸੁਲਤਾਨਪੁਰ ਸਵੇਰੇ 6 ਵਜੇ ਲੰਗਰ ਹਾਲ ਦੇ ਵਿੱਚ ਬੈਠੇ ਮੈਂ ਕਿ ਚੀਜ਼ ਲਿਖਣ ਦੀ ਕੋਸ਼ਿਸ਼ ਕੀਤੀ ਮੇਰੇ ਦੋਸਤੋ, ਤੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦਾ। ਆ ਲੈ 20 ਰੁਪਏ ਤੇ ਜਾ ਨਾਨਕ, ਮੈਂ ਤਾਂ ਕਾਲੂ ਜੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਜੀ ਜੀ। 20 ਰੁਪਏ ਤੇ ਜਾ ਨਾਨਕ, ਆ ਕਿਸੇ ਕਿਸਮ ਦਾ ਵਣਜ ਵਪਾਰ ਕਰਕੇ ਆਵੀ, ਵਾਹ ਜੀ ਵਾਹ, ਪਹਿਲੇ ਸਪੂਰੀ ਦੁਨੀਆ ਲਈ ਨਫਾ ਤੇ ਜੋ ਬਚਿਆ ਫਿਰ ਖਾਵੀ, ਵਾਏ ਦੁਨੀਆ ਧਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ, ਵਾਏ ਦੁਨੀਆ ਧਾਰਨ ਵਾਲਿਆ ਸੋਚਾਂ ਨੂੰ ਸਵਾਰਨ ਵਾਲਿਆ, ਅਜੇ ਵੀ ਸਮਝਣਾ ਆਈਆਂ ਕੁਝ ਤੇਰੀਆਂ ਗੱਲਾਂ ਕਈਆਂ ਦੀ, ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ, ਉਹ ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ। ਇੱਕ ਇੱਕ ਜਿਹੜੀ ਅਗਲੀ ਗੱਲ ਕਹਿਣ ਜਾ ਰਿਹਾ ਬਹੁਤ ਅੱਛੀ ਲੱਗੂਗੀ ਗੱਲ ਤੁਹਾਨੂੰ। ਵਾਹਿਆ ਮਾਲਕਾ ਤੂੰ 20 ਦਾ ਲੰਗਰ ਲਾਇਆ, ਪੂਰੀ ਦੁਨੀਆ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ, ਵਾਹਿਆ ਦੁਨੀਆ ਮਾਲਕਾ ਤੂੰ 20 ਦਾ ਲੰਗਰ ਲਾਇਆ, ਪੂਰੀ ਪੰਗਤ ਨੂੰ ਦਾਤਾ ਤੂੰ ਪੰਗਤ ਵਿੱਚ ਖਵਾਇਆ, ਜੇ ਭੁੱਲ ਭੁਲੇਖੇ 100 ਦਾ ਲੰਗਰ ਲਾ ਦਿੰਦਾ ਸਾਰੀ ਦੁਨੀਆ ਦਾਤਾ ਬੇਲੀ ਬਿਠਾ ਦਿੰਦਾ, ਹਰ ਤਿਣਕਾ ਤਿਣਕਾ ਹਿਸਾਬ ਵੀ ਦਿੱਤਾ, ਤਿਣਕਾ ਤਿਣਕਾ ਹਿਸਾਬ ਵੀ ਦਿੱਤਾ ਮੋਦੀ ਖਾਨੇ ਵਈਆਂ ਦੀ, ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ, ਮੁੱਕੇ ਨਾ ਸਾਨੂੰ ਵਿਆਜ ਨਾਨਕਾ ਤੇਰੇ 20 ਰੁਪਈਆਂ ਦੀ। ਵਾਹ ਜੀ ਵਾਹ ਵਾਹ, ਕਿਆ ਬਾਤ ਹੈ ਕਾਸ਼ੀ ਜੀ, ਮੇਰੇ ਕੋਲ ਅਲਫਾਜ਼ ਨਹੀਂ ਹੈ ਜੀ। ਥੈਂਕ ਯੂ, ਸ਼ੁਕਰੀਆ ਸ਼ੁਕਰੀਆ। ਔਰ ਇਹ ਵਾਕਿਆ ਹੀ ਜਿਹੜੀ ਜਿਹੜਾ ਉਹ 20 ਰੁਪਏ ਦੀ ਐਫ ਡੀ ਸਾਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਕਰਾ ਕੇ ਗਏ ਆ, ਤੇ ਸਾਨੂੰ ਪੰਜਾਬ ਉਹਦਾ ਵਿਆਜ ਹੀ ਅਜੇ ਤੱਕ ਮੁੱਕਿਆ, ਤੇ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਉਹ ਜਿਹੜਾ ਮੂਲ ਹੈ ਉਹ ਅਜੇ ਸਾਡੇ ਬੈਂਕਾਂ ਦੇ ਵਿੱਚ ਜਮ੍ਹਾਂ ਹੈ, ਤੇ ਉਹ ਸਾਡੇ ਲਈ ਬੜੀ ਵਿਰਾਸਤ ਦੀ ਗੱਲ ਹੈ ਕਿ ਸਾਨੂੰ ਉਸ ਚੀਜ਼ ਨੂੰ ਸੰਭਾਲ ਕੇ ਰੱਖਣਾ, ਸਾਡੀ ਵਿਰਾਸਤ ਨੂੰ ਚਾਹੀਦਾ, ਸਾਡੀ ਕੌਮ ਨੂੰ ਚਾਹੀਦਾ ਕਿ ਸੰਭਾਲ ਕੇ ਰੱਖੀਏ, ਤੇ ਜੁਗਾ ਜੁਗਾ ਤੱਕ ਇਸੇ ਮਲੇ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣਗੇ ਗੁਰੂ ਨਾਨਕ ਪਾਤਸ਼ਾਹ ਜੀ। ਜੀ ਜੀ। ਕਾਸ਼ੀ ਜੀ, ਥੋੜਾ ਜਿਹਾ ਹੁਣ ਸਰੋਤਿਆਂ ਨੂੰ ਆਪਣੇ ਬਾਰੇ ਵੀ ਜਾਣਨਾ ਜ਼ਰੂਰ ਪਾਓ, ਤੁਸੀਂ ਕਿੱਥੋਂ ਨਾਲ ਸੰਬੰਧ ਰੱਖਦੇ ਹੋ? ਜੀ ਜੀ ਜੀ, ਮੈਂ ਦਰਸ਼ਕਾਂ ਨੂੰ ਇਹ ਦੱਸਦਾ ਕਿ ਮੈਂ ਮੇਰਾ ਹਰਿਆਣੇ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਕੈਥਲ ਡਿਸਟ੍ਰਿਕਟ, ਸਾਡਾ ਜ਼ਿਲ੍ਹਾ ਹੈ ਡਿਸਟ੍ਰਿਕਟ ਸਾਡਾ ਕੈਥਲ, ਉਹਦੇ ਵਿੱਚ ਇੱਕ ਛੋਟਾ ਜਿਹਾ ਹੈ ਪਹਾੜਪੁਰ ਜੀ, ਤੇ ਮੈਂ 7 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਹਿ ਰਿਹਾ, ਮੈਂ ਉੱਥੋਂ ਮਿਊਜ਼ਿਕ ਦੀ ਲਈ ਮੈਂ ਕਲਾਸੀਕਲ ਡਾਂਸ ਵੀ ਕੀਤਾ, ਔਰ ਅੱਜ ਕੱਲ੍ਹ
ਦੇ ਵਿੱਚ ਹਿੱਸਾ ਲੈ ਕੇ ਲਿਆ ਹੋਇਆ। ਮੈਂ ਐਮ ਏ ਥੀਏਟਰ ਕਰ ਰਿਹਾ ਤੇ ਮੈਂ ਕਾਫੀ ਜਦੋਂ ਦਾ ਮਤਲਬ ਸਮਝਿਆ, ਮੇਰੀ ਸੁਰ ਤੋਂ ਸਮਝ ਲਈ ਹੈ, 16-17 ਸਾਲ ਤੋਂ ਇਸਦੇ ਨਾਲ ਜੁੜਿਆ ਤੇ ਮੈਂ ਇਹਦੇ ਪਿੱਛੇ ਇੱਕ ਹਰਿਆਣਾ ਪੁਲਿਸ ਦੀ ਨੌਕਰੀ ਵੀ ਛੱਡੀ ਕਿਉਂਕਿ ਮੇਰਾ ਸਿਰਫ ਇੱਕ ਹੀ ਵੇ ਕਿ ਮੈਂ ਜ਼ਿੰਦਗੀ ਦੇ ਵਿੱਚ ਬਣ ਆਇਆ ਤੇ ਸਿੰਗਰ ਤੇ ਉਸ ਤੋਂ ਪਿੱਛੇ ਜੋ ਦਾਤੇ ਦੀ ਸੰਗਕਾਰ ਦੀ ਮਰਜ਼ੀ ਹੋਈ ਤੇ ਮੈਨੂੰ ਲੱਗਦਾ ਕਿ ਹੁਣ ਜਿਵੇਂ ਪੰਜਾਬ ਦੇ ਵਿੱਚ ਇੱਕ ਮੈਂ ਮੈਸੇਜ ਵੀ ਨਾਲ ਦੇਣਾ ਚਾਹੂੰਗਾ ਦਰਸ਼ਕਾਂ ਨੂੰ, ਪੰਜਾਬ ਦੇ ਵਿੱਚ ਪਤਾ ਹੀ ਕਿ ਲੱਚਰ ਗਾਇਕੀ ਕਿੰਨੀ ਵੱਧ ਗਈ ਤੇ ਸਾਡੇ ਹਿੱਸੇ ਵਿੱਚ ਨਹੀਂ। ਅਸੀਂ ਤੇ ਪੰਜਾਬੀ ਲੱਚਰ ਮਤਲਬ ਦੇਖਣਾ ਤੇ ਚਾਹੇ ਕੋਈ ਪੜ੍ਹਨਾ ਪਸੰਦ ਨਹੀਂ ਸੀ ਕਰਦੇ ਹੁੰਦੇ, ਅੱਜ ਅਸੀਂ ਉਹ ਗਾ ਰਹੇ ਹਾਂ, ਸਾਡੇ ਲਈ ਬੜੀ ਸ਼ਰਮ ਵਾਲੀ। ਤੇ ਅੱਜ ਕੱਲ ਜਿਹੜਾ ਮਤਲਬ ਇਹ ਮੁੱਦਾ ਪੰਜਾਬ ਦੇ ਵਿੱਚ ਉੱਠਿਆ ਹੋਇਆ ਤੇ ਮੈਂ ਦਰਸ਼ਕਾਂ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਅਸੀਂ ਵੀ ਇਹਨਾਂ ਦਾ ਪੰਜਾਬ ਦੇ ਵਿੱਚ ਲੱਚਰ ਗਾਇਕੀ ਨੂੰ ਮਤਲਬ ਬੜਾਵਾ ਦੇਣ ਤੋਂ ਅਸੀਂ ਕਤਰਾਈ, ਇਹਨੂੰ ਕੱਟੀ ਗਾਇਕੀ ਨੂੰ ਅਸੀਂ ਹਮੇਸ਼ਾ ਸੱਭਿਆਚਾਰ ਨਾਲ ਜੁੜੀਏ, ਜੋ ਸਾਡਾ ਸਾਡੇ ਪੁਰਖਾਂ ਨੇ ਸਾਨੂੰ ਸਿਖਾਇਆ ਉਸ ਚੀਜ਼ ਨਾਲ ਜੁੜੀਏ। ਬਾਬਾ ਨਾਨਕ ਦੀਆਂ ਗੱਲਾਂ, ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਲਈ ਕਿੱਡੀ ਵੱਡੀ ਕੁਰਬਾਨੀ ਦਿੱਤੀ ਹੈ, ਉਹਨਾਂ ਦੀ ਗੱਲਾਂ ਕਰੀਏ, ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਕਰੀਏ, ਰਾਜਗੁਰੂ ਦੀਆਂ ਗੱਲਾਂ ਕਰੀਏ, ਇਹ ਜਿਹੜੀ ਸਾਡੀ ਕੌਮ ਗਾ ਰਹੀ ਹੈ। ਤੇ ਮੇਰੇ ਹਿਸਾਬ ਨਾਲ ਜੇ ਮੈਂ ਗੱਲ ਇਹਦੇ ਵਿੱਚ ਕਲਾਕਾਰ ਔਰ ਜ਼ਿਆਦਾਤਰ ਰਾਈਟਰ ਨੂੰ ਲੋਕ ਕਹਿੰਦੇ ਆ, ਪਰ ਮੇਰੀ ਜੋ ਸੋਚ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਸੂਰਵਾਰ ਹੈ, ਕਿਉਂਕਿ ਜਦੋਂ ਅਸੀਂ ਇਸ ਚੀਜ਼ ਨੂੰ ਬੜਾਵਾ ਦਿੰਦੇ ਹਾਂ ਤੇ ਤਾਂ ਗਾਉਂਦੇ ਆ। ਜੀ 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 ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜੇ ਅਸੀਂ ਚੰਗਾ ਸੁਣਾਂਗੇ ਤਾਂ ਸਾਨੂੰ ਚੰਗਾ ਹੀ ਪਰੋਸਿਆ ਜਾਊਗਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਐਤਵਾਰ ਦੇ ਇਸ ਸੈਗਮੈਂਟ ਦੇ ਵਿੱਚ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ 15-20 ਮਿੰਟ ਕੁਛ ਐਸਾ ਟੈਲੈਂਟ, ਨਵਾਂ ਟੈਲੈਂਟ ਹੈ ਜਿਹੜਾ ਸਾਡੇ ਸਰੋਤਿਆਂ ਦੇ ਰੂਬਰੂ ਕਰਕੇ ਜਿਹੜਾ ਕਿ ਚੰਗਾ ਸੁਣਨ ਦੀ ਆਦਤ ਸਾਡੇ ਸਰੋਤਿਆਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ, ਉਹੀ ਸਾਡੀ ਕੋਸ਼ਿਸ਼ ਹੁੰਦੀ ਹੈ। ਕਿਉਂਕਿ ਅਸੀਂ ਆਪਣੇ ਆਉਣ ਵਾਲੀ ਜਿਹੜੀ ਪੀੜ੍ਹੀ ਨੂੰ ਕੀ ਦੇ ਰਹੇ ਹਾਂ, ਕੀ ਸੇਧ ਦੇ ਰਹੇ ਹਾਂ, ਅਸੀਂ ਸਿਰਫ ਇਹੀ ਉਹਨਾਂ ਨੂੰ ਇਹੀ ਦਈਏ ਜੀ ਵੀ ਅਸੀਂ ਚੰਗਾ ਸੁਣ, ਚੰਗਾ ਹੀ ਦੇਖਣਾ ਹੈ, ਚੰਗਾ ਹੀ ਪੜ੍ਹਨਾ ਹੈ, ਚੰਗਾ ਹੀ ਗਾਉਣਾ ਹੈ, ਚੰਗਾ ਹੀ ਲਿਖਣਾ ਹੈ। ਬਿਲਕੁਲ, ਤੇ ਕਾਸ਼ੀ ਜੀ ਕਹਿੰਦੇ ਹੁੰਦੇ ਆ ਗੁਰੂ ਬਿਨਾ ਗਤ ਨਹੀਂ, ਤੇ ਤੁਸੀਂ ਆਪਣਾ ਗੁਰੂ ਕਿਸ ਨੂੰ ਮੰਨਦੇ ਹੋ? ਹਾਂ, ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਔਰ ਮੈਂ ਮੇਰੇ ਦਿਲ ਦੇ ਵਿੱਚ ਇਹ ਗੱਲ ਆ ਵੀ ਰਹੀ ਸੀ ਕਿ ਮੈਂ ਚਾਹਾਂ ਕਿ ਇਹ ਮੈਨੂੰ ਸਵਾਲ ਪੁੱਛਿਆ ਜਾਵੇ ਜੀ। ਮੈਂ ਜਦੋਂ ਇਹ ਗਾਇਕੀ ਦਾ ਜਿਹੜਾ ਦੌਰ ਸ਼ੁਰੂ ਕੀਤਾ, ਇਹ ਮੇਰੇ ਘਰਾਣੇਦਾਰੀ ਹੈ, ਮੇਰੇ ਘਰੋਂ ਸ਼ੁਰੂ ਹੈ, ਮੇਰੇ ਚਾਚਾ ਜੀ ਗਾਉਂਦੇ ਸੀਗੇ ਸ਼ੁਰੂ ਚ ਜੀ। ਉਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਕਸਰ ਸਾਡੇ ਅੱਜ ਵੀ ਉੱਧਰ ਲੋਕਾਂ ਦਾ ਇੱਕ ਰਿਵਾਜ਼ ਬਣਿਆ ਹੋਇਆ ਕਿ ਲੋਕੀ ਪਿੰਡਾਂ ਦੇ ਵਿੱਚ ਛੋਟੀਆਂ ਛੋਟੀਆਂ ਜਿਹਨੂੰ ਇੱਕ ਸਤਸੰਗ ਕਹਿ, ਵੈਸੇ ਸਤਸੰਗ ਕਦੇ ਵੀ ਛੁੱਟੀ ਨਹੀਂ ਹੁੰਦੀ ਜੀ, 4-5-10-20 ਬੰਦੇ ਇਕੱਠੇ ਹੋ ਕੇ ਇਕੱਤਰ ਹੋ ਕੇ ਇੱਕ ਪ੍ਰੋਗਰਾਮ ਘਰ ਚ ਕਰਦੇ, ਮੇਰੇ ਚਾਚਾ ਜੀ ਇਵੇਂ ਹੌਲੀ ਹੌਲੀ ਵੱਧਦੇ ਗਏ ਕਿ ਗਾਉਂਦੇ ਗਏ ਜੀ। ਉਹਨਾਂ ਤੋਂ ਬਾਅਦ ਇਸ ਇਸ ਸਾਡੀ ਗਾਇਕੀ ਨੂੰ ਥੋੜਾ ਬੰਦ ਕਰ ਦਿੱਤਾ ਗਿਆ, ਉਹ ਫਿਰ ਤੀਜੀ ਪੀੜੀ ਚ ਮੈਂ ਇਸ ਨੂੰ ਚੱਕਿਆ ਤੇ ਮੈਂ ਪਾਕਿਸਤਾਨ ਤੋਂ ਬਜ਼ੁਰਗ ਆਏ ਹੋਏ ਸੀਗੇ ਸਾਡੇ, ਉਹਦਾ ਨਾਮ ਮੈਂ ਲੈਣਾ ਚਾਹੂੰਗਾ ਬੜੇ ਸਤਿਕਾਰ ਨਾਲ, ਮੇਰੇ ਗੁਰੂ ਜੀ ਫੌਜੀ ਚੌਹਾਨ ਸਾਹਿਬ ਜੀ, ਜਿਹੜੀ ਤਾਲੀਮ ਲਈ ਹੈ ਗਾਇਕੀ ਦੀ, ਔਰ ਉਹਨਾਂ ਤੋਂ ਮਾਨਲੀ ਜੀ ਤੋਂ ਸਿੱਖਿਆ ਲਈ ਹੈ ਸਾਡੇ ਬਰੇਲ ਕੋਟਲੇ ਤੋਂ ਮਾਨਲੀ ਸਾਹਿਬ ਤੋਂ ਜੀ। ਬਾਅਦ ਫਿਰ ਅੱਗੇ ਐਵੇਂ ਵੀ ਮੌਕਾ ਮਿਲਦਾ ਗਿਆ, ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਜੁੜ ਗਿਆ, ਉੱਥੋਂ ਬਹੁਤ ਵੱਡੇ ਵੱਡੇ ਆਰਟਿਸਟ ਸਾਡੇ ਨਾਲ, ਮੁਸਤਫਾ ਹੁਸੈਨ ਜੀ ਜੁੜੇ ਹੋਏ ਆ, ਜੇ ਮੈਂ ਦਿਨੇਸ਼ ਜੀ ਜੁੜੇ ਹੋਏ ਆ, ਜੇ ਮੈਂ ਗੱਲ ਕਰਾਂ ਅਲੰਕਾਰ ਸਰ ਜੁੜੇ ਹੋਏ, ਨਿਵੇਦਿਤਾ ਮੈਮ ਜੀ ਸਾਡੇ, ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਤੇ ਇਹਨਾਂ ਤੋਂ ਸਿੱਖਦਾ ਸਿੱਖਦਾ ਤੇ ਅੱਜ ਤੁਹਾਡੇ ਦਰਸ਼ਕਾਂ ਦੇ ਨਾਲ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਸ਼ਾਇਦ ਮੇਰੇ ਕੋਲ ਕੋਈ ਲਫ਼ਜ਼ ਨਹੀਂ ਕਿ ਮੈਂ ਅਸੀਂ ਗੱਲ ਕਵਾਂ ਕਿ ਦਰਸ਼ਕਾਂ ਦਾ ਮੈਂ ਕੋਈ ਏਡੀ ਵੱਡੀ ਕੋਈ ਗੱਲ ਕਹਿ ਕੇ ਮੈਂ ਇਹਨਾਂ ਦਾ ਜੋ ਪੇਟਾ ਭਰ ਸ਼ਬਦ ਨਹੀਂ ਹੈਗੇ ਕਿ ਇਹਨਾਂ ਨੇ ਮੈਨੂੰ ਕਿੱਡਾ ਵੱਡਾ ਇੱਕ ਇੱਕ ਨਾਮ ਦਿੱਤਾ ਹੈ। ਇੱਕ ਮੈਂ ਗਲੀਆਂ ਚ ਰੁੜਦਾ ਤੁਹਾਡਾ ਕਾਸ਼ੀ, ਤੇ ਜਿਹਨੂੰ ਅੱਜ ਕਾਸ਼ੀ ਤੋਂ ਇਹਨਾਂ ਨੇ ਸਟਾਰ ਕਾਸ਼ੀ ਬਣਾਤਾ, ਮੈਂ ਕਹਿਣਾ ਆਪਣੇ ਮੂੰਹ ਸਟਾਰ ਕਾਸ਼ੀ ਇਹਨਾਂ ਨੇ ਬਣਾਤਾ ਜੀ, ਸਭ ਦਾ ਬਹੁਤ। ਕਾਸ਼ੀ ਜੀ, ਆਪਾਂ ਜੇਕਰ ਗੱਲ ਕਰੀਏ ਅਗਲੇ ਪ੍ਰੋਜੈਕਟ ਹੈ ਜਿਹੜੇ ਤੁਹਾਡੇ ਕੁਛ, ਉਹਨਾਂ ਬਾਰੇ ਵੀ ਸਾਡੇ ਸਰੋਤਿਆਂ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰੋ ਆਉਣ ਵਾਲੇ। ਬਹੁਤ ਜਲਦੀ ਔਰ ਮੇਰੇ ਦਰਸ਼ਕਾਂ ਦਾ ਅਗਰ ਪਿਆਰ ਰਿਹਾ ਤੇ ਵਿਸਾਖੀ ਤੇ ਮੈਂ ਸ਼ਾਇਦ ਮੇਰਾ ਗਾਣਾ ਰਿਲੀਜ਼ ਹੋਊਗਾ, ਅਸੀਂ ਵਿਸਾਖੀ ਤੇ ਅਮਰੀਕਾ ਦਾ ਸ਼ੋਅ ਲਾਉਣ ਜਾ ਰਹੇ ਹਾਂ, ਸਾਨੂੰ ਵਾਹ ਜੀ ਵਾਹ ਆ ਚੁੱਕੀਆਂ ਨੇ ਤੇ ਸਾਰਾ ਕੁਝ ਸਾਡਾ ਕੰਮ ਤਿਆਰ ਹੈ ਔਰ ਦਰਸ਼ਕਾਂ ਦਾ ਪਿਆਰ ਰਿਹਾ ਤੇ ਇਸ ਬਾਬੇ ਨਾਨਕ ਦੀ ਕਿਰਪਾ ਰਹੀ 10 ਅਪ੍ਰੈਲ ਨੂੰ ਅਸੀਂ ਇੱਥੋਂ ਅਮਰੀਕਾ ਰਵਾਨਾ ਹੋ ਜਾਣਾ ਹੈ ਤੇ ਜੋ ਅਸੀਂ ਬਣਾਇਆ ਤੇ ਮੈਂ ਉਹਦੀ ਚੰਦਕ ਲੈਣਾ ਤੁਹਾਡੇ ਨਾਲ ਸ਼ੁਰੂ ਕਰੂੰਗਾ ਜੀ। ਹਰ ਬੰਦੇ ਲਈ ਹੈ ਇਹ, ਮੇਰੀ ਇੱਕ ਜ਼ਿੰਦਗੀ ਦੀ ਰੀਅਲ ਸਟੋਰੀ ਹੈ, ਮੈਂ ਉੱਥੇ 13 ਤਰੀਕ ਨੂੰ ਵਿਸਾਖੀ ਤੇ ਅਮਰੀਕਾ ਚ ਰਿਲੀਜ਼ ਕਰਨਾ ਚਾਹੂੰ ਜੀ, ਪਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜੀ ਜ਼ਰੂਰ।
ਆਉਣ ਦੇਣੀ ਨੀ ਉਹ ਤੈਨੂੰ ਕੋਈ ਸ਼ਿਕਾਇਤ ਮਾਂ ਨੀ ਕਿਵੇਂ ਭੇਜਿਆ ਤੂੰ ਸ਼ਿਕਾਇਤ ਮਾਂ ਆਉਣ ਦੇਣੀ ਨੀ ਉਹ ਤੈਨੂੰ ਕੋਈ ਸ਼ਿਕਾਇਤ ਮਾਂ ਨੀ ਕਿਵੇਂ ਭੇਜਿਆ ਸੀ ਮੈਨੂੰ ਤੂੰ ਵਲੈਤ ਮਾਂ ਅਹਿਸਾਨ ਤੇਰੇ ਮੇਰੇ ਤੇ ਇਨੇ ਅਹਿਸਾਨ ਤੇਰੇ ਮੇਰੇ ਤੇ ਇਨੇ ਜਿੰਨੀ ਉਮਰਾਂ ਚ ਦਿਸਦੇ ਨੇ ਤੱਪੇ ਨੀ ਮੈਨੂੰ ਇੱਕ ਵਾਰੀ ਪਿੰਡ ਮੁੜ ਲੈਣ ਦੇ ਨੀ ਸ਼ੌਂਕ ਅੰਮੀ ਏ ਭੁਗਾ ਦੂੰ ਤੇਰੇ ਸਾਰੇ ਮੈਂ ਇੱਕ ਵਾਰੀ ਪਿੰਡ ਆ ਲੈਣ ਦੇ ਸ਼ੌਂਕ ਅੰਮੀ ਏ ਭੁਗਾ ਦੂੰ ਤੇਰੇ ਸਾਰੇ ਇੰਡੀਆ ਚ ਕੀਤੀ ਮੈਂ ਬਾਪੂ ਸਰਿਆ ਇੱਥੇ ਕੀਤਾ ਗੁਲਾਮੀ ਮਨਜ਼ੂਰ ਮਾਂ ਤੁਹਾਨੂੰ ਪਤਾ ਕਿ ਬਾਪੂ ਸਾਡਾ ਬੈਂਕ ਹੁੰਦਾ ਜਦੋਂ ਬੈਂਕ ਬਾਪੂ ਇੱਥੇ ਕੀਤੀ ਆ ਗੁਲਾਮੀ ਮਨਜ਼ੂਰ ਮਾਂ ਹਰ ਪਲ ਰਹਿੰਦੀ ਹੈ ਤੂੰ ਮੇਰੇ ਨੇੜੇ ਨੇੜੇ ਪੁੱਤ ਬੈਠਾ ਭਵੇਂ ਤੇਰੇ ਕੋਲੋਂ ਦੂਰ ਮਾਂ ਹਰ ਪਲ ਰਹਿੰਦੀ ਹੈ ਤੂੰ ਮੇਰੇ ਅੱਗੇ ਪਿੱਛੇ ਪੁੱਤ ਬੈਠਾ ਭਵੇਂ ਤੇਰੇ ਕੋਲੋਂ ਦੂਰ ਮਾਂ ਨੀ ਪੁੱਤ ਤੇਰਾ ਸੱਚ ਆਖਦਾ ਪੁੱਤ ਤੇਰਾ ਸੱਚ ਆਖਦਾ ਨੀ ਉਲਾਉਂਦਾ ਤੈਨੂੰ ਕਦੇ ਝੂਠੇ ਨਾ ਰਹੇ ਮੈਨੂੰ ਇੱਕ ਵਾਰੀ ਪਿੰਡ ਮੁੜ ਲੈਣ ਦੇ ਨੀ ਸ਼ੌਂਕ ਅੰਮੀ ਏ ਭੁਗਾ ਦੂੰ ਤੇਰੇ ਸਾਰੇ ਕਿਆ ਬਾਤ ਹੈ ਜੀ ਵਾਰੀ ਲੈਣ ਦੇ ਸ਼ੌਂਕ ਅੰਮੀ ਏ ਭੁਗਾ ਦੂੰ ਤੇਰੇ ਸਾਰੇ ਵਾਹ ਜੀ ਵਾਹ ਵਾਹ ਜੀ ਵਾਹ ਕਾਸ਼ੀ ਜੀ ਸਮਾਂ ਜਿਹੜਾ ਤੁਸੀਂ ਦਿਲ ਕਰਦਾ ਕਿ ਸਮਾਂ ਇੱਥੇ ਹੀ ਰੁਕ ਜਾਵੇ ਤੇ ਤੁਹਾਨੂੰ ਇੱਕ ਟੱਕ ਸੁਣੀ ਜਾਈਏ ਤੇ ਦਿਲ ਵੀ ਕਰਦਾ ਕਿ ਪਰ ਜਿਹੜਾ ਸਾਨੂੰ ਪਤਾ ਸਮਾਂ ਤੁਹਾਡੇ ਕੋਲ ਵੀ ਘੱਟ ਹੈ ਤੇ ਸਾਡੇ ਕੋਲ ਵੀ ਘੱਟ ਹੈ ਸੋ ਸਮੇਂ ਦੀ ਸਾਨੂੰ ਗੱਲ ਜ਼ਰੂਰ ਮੰਨਣੀ ਪੈਂਦੀ ਹੈ ਸਹੀ ਗੱਲ ਹੈ ਜੀ ਬਾਬਾ ਜੀ ਮੈਂ ਫਿਰ ਇੱਕ ਵਾਰੀ ਸਾਰੇ ਦਰਸ਼ਕਾਂ ਦਾ ਬੜਾ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਕਰਨ ਵਾਲੇ ਦਰਸ਼ਕ ਇਸ ਵੇਲੇ ਸੁਣ ਰਹੇ ਆ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਪਿਆਰ ਦਿੱਤਾ ਤੇ ਮੇਰੀ ਗੁਜ਼ਾਰਿਸ਼ ਇਹੀ ਰਹੂਗੀ ਕਿ ਅੱਗੇ ਵੀ ਜਿੰਨੇ ਵੀ ਸਾਡੇ ਟਰੈਕ ਆਉਂਦੇ ਆ ਇਸੇ ਤਰ੍ਹਾਂ ਭਰਮਾ ਹੁੰਗਾਰਾ ਦਿੰਦੇ ਰਹੋ ਤੇ ਆਪਣਾ ਆਸ਼ੀਰਵਾਦ ਹਮੇਸ਼ਾ ਸਾਡੇ ਤੇ ਬਣਾਏ ਰੱਖੋ ਸੋ ਅਸੀਂ ਰੇਡੀਓ ਪੰਜਾਬ ਟੂਡੇ ਦੇ ਪੂਰੇ ਪਰਿਵਾਰ ਵੱਲੋਂ ਤੇ ਨਾਲ ਹੀ ਸਾਰੇ ਸਰੋਤਿਆਂ ਵੱਲੋਂ ਸਾਡੀਆਂ ਸ਼ੋਭੇ ਸ਼ਾਮਾਂ ਜਿਹੜੀਆਂ ਤੁਹਾਡੇ ਨਾਲ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਕਾਸ਼ੀ ਅਸੀਂ ਅੱਜ ਸੁਣ ਰਹੇ ਹਾਂ ਜਿਹੜਾ ਕਾਸ਼ੀ ਨਾਲ ਅਸੀਂ ਅੱਜ ਗੱਲ ਕਰ ਰਹੇ ਹਾਂ ਸੋ ਅੱਜ ਤੋਂ ਪੰਜ ਚਾਰ ਸਾਲ ਬਾਅਦ ਜਦੋਂ ਕਾਸ਼ੀ ਸਟਾਰ ਹੋ ਜਾਏਗਾ ਪੂਰਾ ਸੁਪਰ ਸਟਾਰ ਹੋ ਜਾਏਗਾ ਤੇ ਉਦੋਂ ਵੀ ਅਸੀਂ ਉਸ ਦੇ ਵਿੱਚ ਉਹੀ ਹਲੀਮੀ ਤੇ ਉਹੀ ਸਾਫ਼ ਗੋਈ ਉਸਦੇ ਗੀਤਾਂ ਦੇ ਵਿੱਚ ਜਿਹੜੇ ਗੀਤ ਅਸੀਂ ਆਪਣੀਆਂ ਮਾਵਾਂ ਭੈਣਾਂ ਦੇ ਵਿੱਚ ਬੈਠ ਕੇ ਧੀਆਂ ਭੈਣਾਂ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੀਏ ਐਸੇ ਗੀਤਾਂ ਵਾਲਾ ਕਾਸ਼ੀ ਐਸੇ ਗੀਤ ਹਾਂ ਲੈ ਕੇ ਆਓ ਪੰਜਾਬ ਦੇ ਵਿੱਚ ਕਿ ਸਾਨੂੰ ਟੀਵੀ ਦੇ ਉੱਪਰ ਰਿਮੋਟ ਫੜਦਿਆਂ ਸ਼ਰਮ ਨਾ ਆਵੇ ਕਿ ਅਸੀਂ ਚੈਨਲ ਵੀ ਨੀ ਸਾਡੇ ਕੋਲੋਂ ਚੇਂਜ ਹੁੰਦਾ ਕਈ ਵਾਰੀ ਐਸੇ ਗੀਤ ਮੈਂ ਉਹਨਾਂ ਕਲਾਕਾਰਾਂ ਦਾ ਨਾਂ ਨਹੀਂ ਲੈਣਾ ਚਾਹੁੰਗਾ ਉਹ ਐਸੇ ਐਸੇ ਗੀਤ ਕਿ ਅਗਰ ਮੇਰੀ ਭੈਣ ਮੇਰੀ ਮੇਰੀ ਮਾਂ ਮੇਰਾ ਕੋਈ ਹੋਰ ਸੰਗੀ ਸਾਥੀ ਨਾਲ ਬੈਠਾ ਹੋਵੇ ਤੇ ਸਾਨੂੰ ਬੜੀ ਸ਼ਰਮ ਆਉਂਦੀ ਕਿ ਉਹ ਗੀਤ ਨੂੰ ਅਸੀਂ ਉਸ ਚੈਨਲ ਨੂੰ ਚੇਂਜ ਨਹੀਂ ਕਰ ਸਕਦੇ ਮੇਰੀ ਸਰੋਤਿਆਂ ਨੂੰ ਇਹੀ ਜੀ 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 ਕਾਸ਼ੀ ਜੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਅਸੀਂ ਤੁਹਾਡੇ ਤੋਂ ਉਮੀਦ ਰੱਖ ਸਕਦੇ ਹਾਂ ਕਿ ਆਉਣ ਵਾਲੇ ਸਾਲ ਦੋ ਸਾਲ ਬਾਅਦ ਜਦੋਂ ਤੁਸੀਂ ਸੁਪਰ ਸਟਾਰ ਬਣ ਜਾਓਗੇ ਤਾਂ ਇਹੋ ਜਿਹੇ ਗੀਤ ਪਰਿਵਾਰਕ ਗੀਤ ਹੀ ਸਾਨੂੰ ਸੁਣਨ ਨੂੰ ਮਿਲਣਗੇ ਕਾਸ਼ੀ ਤੋਂ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਕਹਿ ਰਿਹਾ ਕਿ ਮੈਂ ਮੇਰਾ ਕੈਨੇਡਾ ਦੇ ਵਿੱਚ ਲਾਈਵ ਇੰਟਰਵਿਊ ਤੋਂ ਪਹਿਲੇ ਹੋਇਆ ਸੀਗਾ ਰਣਵੀਰ ਸਿੰਘ ਪਰਵਾਲ ਜਿਹਨਾਂ ਨੇ ਮੇਰੀ ਵੀਡੀਓ ਸ਼ੇਅਰ ਕੀਤੀ ਸੀਗੀ ਤੇ ਮੈਂ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਲਾਈਵ ਇੰਟਰਵਿਊ ਦੇ ਵਿੱਚ ਵੀਡੀਓ ਦੇ ਵਿੱਚ ਕਹਿ ਚੁੱਕਿਆ ਕਿ ਅਗਰ ਜ਼ਿੰਦਗੀ ਦੇ ਵਿੱਚ ਕਿੱਥੇ ਵੀ ਮੇਰੀ ਗਾਇਕੀ ਦੇ ਵਿੱਚ ਲੱਚਰਤਾ ਲੱਗੇ ਇਹ ਤੁਹਾਨੂੰ ਮੇਰੇ ਵੱਲੋਂ ਹੁਕਮ ਹੈ ਕਿ ਮੈਨੂੰ ਸ਼ਰੇਆਮ ਗੋਲੀ ਮਾਰ ਦਿਓ ਬਸ ਵਾਹ ਜੀ ਵਾਹ ਸੋ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਡੀ ਗਾਇਕੀ ਇਸੇ ਤਰ੍ਹਾਂ ਹੀ ਸਾਫ਼ ਸੁਥਰੀ ਗਾਇਕੀ ਤੇ ਪਰਿਵਾਰਕ ਗਾਇਕੀ ਤੁਹਾਡੇ ਰਹੇ ਤੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਤੁਹਾਡੇ ਆਉਣ ਵਾਲੇ ਅਮਰੀਕਾ ਦੇ ਟੂਰ ਲਈ ਵੀ ਸਾਡੇ ਵੱਲੋਂ ਸੋਭੇ ਸ਼ਾਮਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਹਰ ਗਾਣੇ ਨੂੰ ਅਸੀਂ ਰਿਲੀਜ਼ ਕਰੀਏ ਤੇ ਸਾਡੇ ਕੋਲ ਪ੍ਰੋਮੋ ਚੱਲਣ ਸੋ ਅਸੀਂ ਪ੍ਰਮੋਟ ਕਰਨਾ ਵੀ ਚਾਹਾਂਗੇ ਸ਼ੁਕਰੀਆ ਜੀ।